ਜੀ ਡੀਸੀ ਸਾਹਿਬ ਦੀ ਰਹਿਨਮਾਈ ਹੇਠ ਤੇ ਪ੍ਰਧਾਨ ਜੀ ਤੇ ਈਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਪਾਂ ਜਿਹੜੇ ਨਜਾਇਜ਼ ਕਬਜ਼ੇ ਇਨਕਰੋਚਮੈਂਟ ਲੋਕਾਂ ਨੇ ਕੀਤੀ ਹੈ, ਇਹਨਾਂ ਨੂੰ ਵਾਰ ਵਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਈ। ਕੁਝ ਅਸੀਂ ਹਰਚੋਵਾ ਰੋਡ ਤੋਂ ਅੱਜ ਕਬਜ਼ੇ ਰਿਮੂਵ ਕੀਤੇ ਆ, ਕੁਝ ਇੱਥੇ ਵਾਰਨਿੰਗ ਦੇਣ ਦੇ ਆ। ਜੇ ਨਹੀਂ ਵੀ ਫਿਰ ਵੀ ਮੰਨਦੇ ਤੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫਿਰ ਅਸੀਂ ਕਾਰਵਾਈ ਕਰ ਰਹੇ ਹਾਂ ਜੀ। ਸਮੱਸਿਆ ਕੀ ਆ ਰਹੀ ਹੈ? ਸਮੱਸਿਆ ਟ੍ਰੈਫਿਕ ਨੂੰ ਬਹੁਤ, ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਟ੍ਰੈਫਿਕ ਲਈ। ਕੱਲ ਹੁਕਮ ਹੋਏ ਸੀ ਡੀ ਸਾਹਿਬ ਦੇ, ਐਸਐਸਪੀ ਮੈਮ ਦੇ ਵੀ, ਤੇ ਉਹਨਾਂ ਦੇ ਅਨੁਸਾਰ ਇਸ ਕਰਕੇ ਇਹ ਕਾਰਵਾਈ ਕੀਤੀ ਹੈ। ਜਲਸਾ ਆ ਰਿਹਾ ਤੇ ਜਲਸਾ ਸਲਾਨਾ ਅਹਿਮਦੀਆ ਜਮਾਤ ਦਾ ਜਿਹੜਾ ਹਰ ਸਲਾਨਾ ਸਾਲ ਦੇ ਬਾਅਦ ਆਉਂਦਾ ਹੈ, ਉਹ ਬਹੁਤ ਰਸ਼ ਪੈਂਦਾ, ਬਹੁਤ ਇਹਨਾਂ ਦੇ ਮਹਿਮਾਨ ਆਉਂਦੇ ਆ ਬਾਹਰੋਂ ਵੀ, ਤੇ ਇਸ ਕਰਕੇ ਕੋਈ ਸਨੈਚਿੰਗ ਨਾ ਹੋਵੇ, ਸਾਰੀਆਂ ਕੋਈ ਵੀ ਚੋਰੀ ਕੁਛ ਨਾ ਹੋਵੇ, ਇਸ ਕਰਕੇ ਇਹਨਾਂ ਦਾ ਸਾਰਾ ਖਾਸ ਧਿਆਨ ਰੱਖਿਆ ਜਾਵੇ। ਜਿਹੜਾ ਪਾਲਣਾ ਨਹੀਂ ਕਰਦਾ, ਜਿਹੜਾ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਕੀਤੀ ਗਈ ਜੀ। ਬਿਲਕੁਲ।